ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਾਡੇ ਨਵੇਂ ਵਲੌਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ। ਅਤੇ ਮੰਮੀ ਅਤੇ ਡੈਡੀ ਪਾਉਣ ਲੱਗੇ ਆ ਅਚਾਰ, ਅਤੇ ਮੈਂ ਸੋਚਿਆ ਅੱਜ ਛੋਟਾ ਜਿਹਾ ਵੀਡੀਓ ਬਣਾਇਆ ਜਾਵੇ ਅਤੇ ਸ਼ੇਅਰ ਕੀਤਾ ਜਾਵੇ। ਅਤੇ ਡੈਡੀ ਲੈ ਕੇ ਆਏ ਆ ਅੱਜ ਅੰਬ ਕਟਾ ਕੇ, ਅਤੇ ਮੰਮੀ ਹੁਣ ਆਪਾਂ ਕੀ ਕਰ ਰਹੇ ਹਾਂ? ਹੁਣ ਆਪਾਂ ਅੰਬਾਂ ਨੂੰ ਸਾਫ ਕਰਾਂਗੇ, ਬਾਅਦ ਵਿੱਚ ਸਾਫ ਕਰਕੇ ਆਪਾਂ ਧੋਵਾਂਗੇ। ਓਕੇ, ਬਾਅਦ 'ਚ। ਅਤੇ ਇਹਦਾ ਕੀ ਆ, ਸਮੱਗਰੀ ਕੀ ਹੈ ਇਹਦੀ? ਵਾਸ਼ ਕਰਕੇ ਇਹਨੂੰ ਕਿੱਦਾਂ ਰੱਖ ਦੇਣਾ? ਬਸ ਵਾਸ਼ ਕਰਕੇ ਥੋੜਾ ਸੁਕਾਵਾਂਗੇ, ਥੋੜਾ ਧੁੱਪੇ, ਧੁੱਪ 'ਚ ਸੁਕਾ ਕੇ ਤੇ ਫਿਰ ਆਪਾਂ ਮਸਾਲੇ ਥੋੜੇ ਜਿਹੇ ਗ੍ਰੈਂਡ ਕਰਕੇ ਫਿਰ ਪਾਵਾਂਗੇ ਨਾਲ, ਤੇ ਪਾ ਕੇ ਸਾਰਾ ਮਸਲ ਕੇ ਫਿਰ ਪਾਵਾਂਗੇ। ਚਲੋ ਆਪਾਂ ਨਾਲ ਨਾਲ ਇਹਨਾਂ ਨੂੰ ਇੱਕ ਵਾਰ ਸਾਰਿਆਂ ਨੂੰ ਸਮਝਾਵਾਂਗੇ ਕਿ ਅਸੀਂ ਅਚਾਰ ਕਿੱਦਾਂ ਪਾਇਆ ਵਾ, ਸਾਡਾ ਕੀ ਤਰੀਕਾ ਹੈ ਅਚਾਰ ਦਾ, ਕਿਉਂਕਿ ਮੈਂ ਅਚਾਰ ਖਾਧਾ, ਮੈਨੂੰ ਬਹੁਤ ਵਧੀਆ ਲੱਗਦਾ ਅਚਾਰ ਅੰਬ ਦਾ, ਮੈਨੂੰ ਪਸੰਦ ਆ, ਸਾਰਿਆਂ ਨੂੰ ਪਸੰਦ ਹੁੰਦਾ ਰੋਟੀ ਨਾਲ ਅੰਬ ਦਾ ਅਚਾਰ। ਤੇ ਇਹ ਸਭ ਦੇਖ ਕੇ ਛੋਟੇ ਹੁੰਦੇ ਦੀ ਯਾਦ ਆ ਗਈ, ਕਿਉਂਕਿ ਮੈਂ ਛੋਟੀ ਹੁੰਦੀ ਜਦੋਂ ਅਚਾਰ ਮੰਜੇ ਤੇ ਪਿਆ ਹੁੰਦਾ ਸੀ ਤੇ ਕੀ ਕਰਦੀ ਹੁੰਦੀ ਸੀ ਕਿ ਵਿੱਚੋਂ ਪੱਕਾ ਵਾਲਾ ਅੰਬ ਦੀ ਫਾੜੀ ਕੱਢਦੀ ਹੁੰਦੀ ਸੀ ਤੇ ਚੋਰੀ ਚੂਪਦੀ ਹੁੰਦੀ ਸੀ ਘਰਦਿਆਂ ਤੋਂ, ਤੇ ਉਹ ਚੀਜ਼ ਯਾਦ ਆ ਗਈ ਆ। ਖੈਰ ਹੁਣ ਵੀ ਮੈਂ ਲੱਭੂੰਗੀ ਕੋਈ ਨਾ ਕੋਈ ਪੱਕਾ ਅੰਬ ਤੇ ਮੈਂ ਚੁੱਪੂੰਗੀ ਜ਼ਰੂਰ। ਏਦਾਂ ਕਿੱਦਾਂ, ਆਹ ਦੇਖੋ ਮੈਨੂੰ ਸਾਹਮਣੇ ਦੇਖਦਾ ਪਿਆ ਯੈਲੋ ਵਾਲਾ, ਆਹ ਦੇਖੋ ਸਾਹਮਣੇ, ਆਹ ਦੇਖੋ ਆਹ ਵਾਲਾ ਅਚਾਰ ਮੈਨੂੰ ਬਿਲਕੁਲ ਪੱਕੇ ਵਾਲਾ ਦੇਖਦਾ ਪਿਆ, ਆਹ ਦੇਖੋ। ਇਹ ਆਪਾਂ ਪੱਕਾ ਅਚਾਰ ਜਿਹੜਾ ਦੇਖੋ ਇਹ ਮੈਂ ਲੈ ਲਿਆ, ਕਿਉਂਕਿ ਮੈਨੂੰ ਇੱਦਾਂ ਦਾ ਕੱਚਾ ਪੱਕਾ ਅਚਾਰ ਬੜਾ ਪਸੰਦ ਆ। ਪ੍ਰੋਪਰ ਰੈਡੀ ਹੋ ਗਏ ਆ, ਤੇ ਜਿਹੜੇ ਅੰਬਾਂ ਦੇ ਵਿੱਚੋਂ ਵਿਚਲੀਆਂ ਗੜਕਾਂ ਆ ਉਹ ਮੰਮੀ ਨੇ ਕੱਢ ਕੇ ਇੱਕ ਸਾਈਡ ਤੇ ਪਾਤੀਆਂ ਆ, ਤੇ ਪ੍ਰੋਪਰ ਜਿਹੜੇ ਆ ਹੁਣ ਅੰਬ ਅਸੀਂ ਵਾਸ਼ ਕਰਾਂਗੇ ਚੰਗੀ ਤਰ੍ਹਾਂ, ਕਿਉਂਕਿ ਇਹਨਾਂ ਦੇ ਵਿੱਚ ਕਾਫੀ ਆ ਲੱਗਾ ਹੋਇਆ ਆ ਬਲੈਕ ਬਲੈਕ ਗੜਕਾਂ ਦਾ, ਤੇ ਉਹ ਨਿਕਲ ਜੂਗਾ ਤੇ ਕਿਰਕ ਨਹੀਂ ਰਹੂਗੀ ਅੰਬ ਦੇ ਵਿੱਚ। ਜਦੋਂ ਆਪਾਂ ਅਚਾਰ ਖਾਵਾਂਗੇ ਤੇ ਟੇਸਟੀ ਆਊਗਾ, ਤੇ ਫਿਰ ਇਹਨੂੰ ਪ੍ਰੋਪਰ ਚੰਗੀ ਤਰ੍ਹਾਂ ਧੁੱਪਾਂ ਲਵਾਵਾਂਗੇ, ਸੁਕਾਵਾਂਗੇ, ਤੇ ਅਗਲਾ ਤੁਹਾਨੂੰ ਦੱਸ ਦਿਆਂਗੇ ਕਿੱਦਾਂ ਫਿਰ ਅੱਗੇ ਅਸੀਂ ਵਾਸ਼ ਕਰਨਾ ਆ ਤੇ ਕਿੱਦਾਂ ਅਸੀਂ ਸੁੱਕਣੇ ਪਾਉਣੇ ਆ ਅੰਬ। ਸਾਡੇ ਅੰਬ ਹੋ ਗਿਆ ਤਿਆਰ, ਤੇ ਹੁਣ ਅਸੀਂ ਕੀ ਕਰਨ ਲੱਗੇ ਡੈਡੀ? ਆਪਾਂ ਇਹਨਾਂ ਨੂੰ ਹੁਣ ਧੋਵਾਂਗੇ, ਇਹਨਾਂ ਨੂੰ ਵਾਸ਼ ਕਰਾਂਗੇ ਸਾਰੇ, ਤੇ ਪਾਰਕ 'ਚ ਅਸੀਂ ਲੱਗੇ ਵਾਸ਼ ਕਰਨ ਕਿ ਸਾਡਾ ਜਿਹੜਾ ਵਿਹੜਾ ਆ ਉਹ ਗਿੱਲਾ ਨਾ ਹੋਵੇ, ਤੇ ਪਾਰਕ ਵੀ ਸਾਡੀ ਵਧੀਆ ਆ, ਧੁੱਪ ਪੂਰੀ ਆਉਂਦੀ ਇੱਥੇ। ਵਾਸ਼ ਕਰਕੇ ਸੁਕਾਵਾਂਗੇ ਇਹਨਾਂ ਨੂੰ, ਹੁਣ ਮੰਜੇ ਤੇ ਪਾਵਾਂਗੇ ਸੁੱਕਣੇ। ਓਕੇ, ਡੈਡੀ ਨੂੰ ਆਦੀ ਸਿਫਤ, ਧੁੱਪ ਇੰਨੀ ਆ ਤੇ ਬਲੌਗ ਦੇ ਚੱਕਰ ਦੇ ਵਿੱਚ ਮੈਨੂੰ ਬਾਹਰ ਧੁੱਪੇ ਖੜਨਾ ਪੈਣ ਗਿਆ ਇੰਨੀ ਧੁੱਪ ਦੇ ਵਿੱਚ, ਮੈਂ ਨਹੀਂ ਤੇ ਕਦੀ ਬਾਹਰ ਨਾ ਨਿਕਲਾਂ। ਪਾਣੀ
ਚਾਰ ਪੰਜ ਅੰਬ ਦਾ ਚਾਰ ਜਿਹੜਾ ਖਾਣਾ ਸੌਖਾ ਆ ਬਟ ਬਣਾਉਣਾ ਔਖਾ ਹੈਨਾ ਗਾਈਸ ਮੈਂ ਠੀਕ ਕਿਹਾ ਬਣਾਉਣਾ ਔਖਾ ਇੰਨੀ ਧੁੱਪ ਕੜਕ ਵੀ ਲੱਗੀ ਆ ਹੈ ਤੇ ਚਾਰ ਪਾਉਣਾ ਕਿਤੇ ਸੌਖੀ ਗੱਲ ਬਹੁਤ ਔਖੀ ਗੱਲ ਪਾਣੀ ਚਲੋ ਜੀ ਆਪਾਂ ਤਿੰਨ ਚਾਰ ਪਾਣੀ ਧੋ ਲਿਆ ਧੋਣ ਤੋਂ ਬਾਅਦ ਆਪਾਂ ਪਾਲੇ ਪ੍ਰਾਤ ਦੇ ਵਿੱਚ ਲਓ ਜੀ ਆਹ ਵਾਲੇ ਜਿਹੜੇ ਮਸਾਲੇ ਆ ਉਹ ਪੈਣੇ ਆ ਅਚਾਰ ਦੇ ਵਿੱਚ ਤੇ ਇਹਦੇ ਵਿੱਚ ਮੰਮੀ ਕੀ ਕੀ ਮਿਕਸ ਕੀਤਾ ਹੋਇਆ ਹੈ ਸੌਂਫ ਕਾਲੀ ਮਿਰਚ ਮੇਥਰੇ ਓਕੇ ਤੇ ਕਲੌਂਜੀ ਕਲੌਂਜੀ ਠੀਕ ਹੈ ਇਹਦੇ ਵਿੱਚ ਸੌਂਫ ਮੇਥਰੇ ਕਾਲੀ ਮਿਰਚ ਤੇ ਕਲੌਂਜੀ ਜਿਹੜਾ ਉਹ ਮਿਕਸ ਕੀਤਾ ਹੋਇਆ ਆ ਹੁਣ ਇਹਨਾਂ ਨੂੰ ਥੋੜਾ ਰੋਸਟ ਕਰਾਂਗੇ ਓਕੇ ਹਲਕਾ ਜਿਹਾ ਉਹਨਾਂ ਨੂੰ ਰੋਸਟ ਕਰਾਂਗੇ ਤੇ ਰੋਸਟ ਕਰਨ ਤੋਂ ਬਾਅਦ ਗ੍ਰਾਇੰਡ ਕਰਾਂਗੇ ਓਕੇ ਤੇ ਇਹਦੇ ਵਿੱਚ ਤੇਲ ਨਹੀਂ ਪਾਉਣਾ ਹੁੰਦਾ ਜਿੱਦਾਂ ਇਹਨੂੰ ਰੋਸਟ ਕਰਨਾ ਇਹਨੂੰ ਹਲਕਾ ਜਿਹਾ ਉੱਦਾਂ ਹੀ ਰੋਸਟ ਕਰਨਾ ਸਾਡੀ ਜਿਹੜੀ ਸਮੱਗਰੀ ਆ ਉਹ ਰੋਸਟ ਹੋ ਗਈ ਆ ਜੋ ਵੀ ਸਮਾਨ ਆ ਦੋ ਦੋ ਤਿੰਨ ਮਿੰਟ ਮੰਮੀ ਨੇ ਰੋਸਟ ਕਰ ਲਿਆ ਆ ਤੇ ਰੋਸਟ ਕਰਨ ਤੋਂ ਬਾਅਦ ਆਪਾਂ ਗ੍ਰਾਇੰਡਰ ਮਸ਼ੀਨ 'ਚ ਇਹਨੂੰ ਗ੍ਰਾਇੰਡ ਕਰਾਂਗੇ ਤੇ ਲਓ ਜੀ ਸਾਡਾ ਅਚਾਰ ਜਿਹੜਾ ਉਹ ਗਿਆ ਆ ਸੁੱਕ ਇੱਕ ਧੁੱਪ ਲਵਾਈ ਆ ਕਿਉਂਕਿ ਧੁੱਪ ਇੰਨੀ ਜ਼ਿਆਦਾ ਤਿੱਖੀ ਹੁੰਦੀ ਆ ਕਿ ਇੱਕ ਧੁੱਪ ਬਹੁਤ ਆ ਅਚਾਰ ਨੂੰ ਤੇ ਹੁਣ ਅਸੀਂ ਮਸਾਲੇ ਦੀ ਸਮੱਗਰੀ ਕਰ ਰਹੇ ਹਾਂ ਤਿਆਰ ਤੇ ਮਸਾਲੇ 'ਚ ਦੇਖਿਆ ਜਾਵੇ ਤੇ ਕੀ ਆ ਮੰਮੀ ਦੱਸੋ ਸੌਂਫ ਕਾਲੀ ਮਿਰਚ ਮੇਥਰੇ ਕਲੌਂਜੀ ਨਮਕ ਲਾਲ ਮਿਰਚ ਹਲਦੀ ਹਲਦੀ ਤੇ ਨਾਲ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੇਲ ਪਾਵਾਂਗੇ ਨਾਲ ਮਿਕਸ ਕਰਕੇ ਫਿਰ ਲਾਵਾਂਗੇ ਬਾਅਦ ਚ ਉੱਪਰ ਦੀ ਫਿਰ ਤੇਲ ਪਾਵਾਂਗੇ ਆਪਾਂ ਓਕੇ
ਖੰਡ ਨਾਲ ਥੋੜੀ ਖੰਡ ਪਾਵਾਂਗੇ। ਖੰਡ ਦੇ ਨਾਲ ਭਾਵੇਂ ਚਾਰ ਸਾਲ ਰੱਖ ਸਕੋ। ਤੇ ਮੇਨ ਹੁਣ ਆਪਾਂ ਜਿਹੜਾ ਤੇਲ ਪਾਵਾਂਗੇ ਤੇ ਤੇਲ ਜਿਹੜਾ ਉਹਦੇ ਤੇਲ ਜ਼ਿਆਦਾ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਅਚਾਰ ਦੇ ਵਿੱਚ, ਕਿ ਅਚਾਰ ਨੂੰ ਜਿਹੜਾ ਖਰਾਬ ਨਹੀਂ ਹੁੰਦਾ ਉਹਨੂੰ ਉੱਲੀ ਨਹੀਂ ਲੱਗਦੀ। ਤੇ ਤੇਲ ਦੀ ਕੁਆਂਟਿਟੀ ਥੋੜ੍ਹੀ ਜਿਹੀ ਅਚਾਰ 'ਚ ਜ਼ਿਆਦਾ ਹੋਵੇ ਤਾਂ ਅਚਾਰ ਜਿਹੜਾ ਉਹ ਖਰਾਬ ਨਹੀਂ ਹੁੰਦਾ। ਤੇਲ ਆਪਾਂ ਮਸਾਲਿਆਂ 'ਚ ਕਰ ਲਿੱਤਾ ਮਿਕਸ, ਇਸ ਕਰਕੇ ਤੇ ਫਿਰ ਲਾਵਾਂਗੇ ਪਹਿਲਾਂ ਥੋੜ੍ਹਾ ਪਾ ਕੇ ਬਾਅਦ ਚੋਂ ਪੱਤੀ ਫੇਰ ਪਾਵਾਂਗੇ। ਓਕੇ ਇਹਨੂੰ ਪ੍ਰੋਪਰ ਮਿਕਸ ਕਰਨਾ ਹੈ ਨਾ ਮਸਾਲੇ ਦੇ ਵਿੱਚ। ਤੁਹਾਨੂੰ ਸਭ ਨੂੰ ਸਾਡੀ ਅਚਾਰ ਵਾਲੀ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਕਮੈਂਟ ਕਰਕੇ ਜ਼ਰੂਰ ਦੱਸਿਓ, ਆਪਣੇ ਆਪਣੇ ਸੁਝਾਵ ਜ਼ਰੂਰ ਦਿਓ। ਤੇ ਇਹਨੂੰ ਆਪਾਂ ਪ੍ਰੋਪਰ ਜਿਹੜਾ ਮਸਾਲਿਆਂ ਦੇ ਵਿੱਚ ਤੇਲ ਦੇ ਨਾਲ ਮਿਕਸ ਕਰ ਦਿੱਤਾ ਅਚਾਰ ਨੂੰ, ਤੇ ਉਸ ਤੋਂ ਬਾਅਦ ਇਹਨੂੰ ਫਿਰ ਧੁੱਪੇ ਰੱਖਣਾ ਹੁੰਦਾ। ਹੁਣ ਇਹਨੂੰ ਵਿੱਚ ਪਾਵਾਂਗੇ ਨਾ ਉਹਦੇ ਵਿੱਚ। ਓਕੇ ਤੇ ਇੱਕ ਦੋ ਦਿਨ ਇਦਾਂ ਹੀ ਛੱਡਾਂਗੇ ਫਿਰ ਧੁੱਪੇ ਰੱਖਾਂਗੇ। ਓਕੇ ਓਕੇ ਮਤਲਬ ਇਹਨੂੰ ਮਰਦਬਾਨ 'ਚ ਪਾ ਕੇ ਤੇ ਦੋ ਕੁ ਦਿਨ ਛੱਡਾਂਗੇ ਤੇ ਫਿਰ ਇਹਨੂੰ ਫਿਰ ਧੁੱਪੇ ਰੱਖਾਂਗੇ ਅਚਾਰ ਨੂੰ, ਤੇ ਫਿਰ ਅਚਾਰ ਜਦੋਂ ਆਪਾਂ ਕੁਛ ਪਾਵਾਂਗੇ ਤੇਲ। ਓਕੇ ਬਾਅਦ 'ਚ ਤੇਲ ਫਿਰ ਹੋਰ ਪਾਵਾਂਗੇ।
ਲਓ ਜੀ, ਸਾਡਾ ਜਿਹੜਾ ਅਚਾਰ ਆ ਉਹ ਸਾਰਾ ਮਸਾਲਾ ਰਲ ਗਿਆ ਵਾ ਅਤੇ ਕਲਰ ਬਹੁਤ ਹੀ ਵਧੀਆ ਆਇਆ ਆ ਪ੍ਰੋਪਰ। ਅਜੇ ਕੱਚਾ ਆ, ਅਚਾਰ ਬਣਨ 'ਤੇ ਟਾਈਮ ਲੱਗਣਾ, ਪਰ ਦੇਖਣ 'ਚ ਅਚਾਰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਅਤੇ ਫ੍ਰੈਗਨੈਂਸ ਪ੍ਰੋਪਰ ਅਚਾਰ ਵਾਲੀ ਆ ਰਹੀ ਆ। ਅਤੇ ਮੈਨੂੰ ਲੱਗਦਾ ਕਿ ਇਹ ਵਾਲੀ ਜਿਹੜੀ ਪੀੜ੍ਹੀ ਆ, ਇਹ ਲਾਸਟ ਪੀੜ੍ਹੀ ਆ ਜਿਹੜੀ ਹੱਥੀਂ ਅਚਾਰ ਬਣਾਉਂਦੀ ਆ ਅਤੇ ਪਾਉਂਦੀ ਆ। ਆਉਣ ਵਾਲੀ ਜਨਰੇਸ਼ਨ ਦਾ ਮੈਨੂੰ ਲੱਗਦਾ ਕਿ ਸਾਰੀ ਮੁੱਲ ਦੇ ਹੀ ਲਊਗੀ ਅਚਾਰ, ਕਿਸੇ ਨੂੰ ਬਣਾਉਣਾ ਨਹੀਂ ਆਉਣਾ, ਪਾਉਣਾ ਨਹੀਂ ਆਉਣਾ। ਪਰ ਮੈਂ ਅਚਾਰ ਸਿੱਖ ਲਿਆ ਆ ਅਤੇ ਜੇ ਤੁਸੀਂ ਸਿੱਖਣਾ ਆ ਤਾਂ ਇਸ ਵੀਡੀਓ ਨੂੰ ਪ੍ਰੋਪਰ ਵਾਚ ਕਰ ਲਓ, ਤੁਹਾਡੇ ਵੀ ਆਉਣ ਵਾਲੇ ਟਾਈਮ 'ਚ ਕੰਮ ਆਏਗੀ। ਅਤੇ ਮੈਂ ਤਾਂ ਆਪਣੇ ਘਰ ਦੇ ਵਿੱਚ ਅਚਾਰ ਆਪਣੇ ਹੱਥੀਂ ਪਾਇਆ ਕਰਨਾ ਹਮੇਸ਼ਾ। ਅਤੇ ਅਚਾਰ ਮੈਨੂੰ ਲੱਗਦਾ ਜਾਂ ਕੱਚ ਦੇ ਮਰਦਬਾਨ 'ਚ ਅਤੇ ਜਾਂ ਫਿਰ ਜਿਹੜਾ ਚੀਨੀ ਦਾ ਮਰਦਬਾਨ ਹੁੰਦਾ ਉਹਦੇ ਵਿੱਚ ਹੀ ਪਾਉਣਾ ਚਾਹੀਦਾ। ਪਲਾਸਟਿਕ ਦੇ ਭਾਂਡੇ 'ਚ ਅਚਾਰ ਜਿਹੜਾ ਉਹ ਨਹੀਂ ਪਾਉਣਾ ਚਾਹੀਦਾ, ਕਿਉਂਕਿ ਪਲਾਸਟਿਕ ਤਾਂ ਆਪਾਂ ਨੂੰ ਵਰਤਣੀ ਨਹੀਂ ਚਾਹੀਦੀ ਅਤੇ ਕੱਚ ਦੇ ਭਾਂਡੇ ਦੇ ਵਿੱਚ ਨਾ ਤਾਂ ਅਚਾਰ ਖਰਾਬ ਹੁੰਦਾ ਆ ਅਤੇ ਮੈਨੂੰ ਲੱਗਦਾ ਕਿ ਅਚਾਰ ਵਧੀਆ ਵੀ ਰਹਿੰਦਾ ਆ, ਖਾਣ 'ਚ ਵੀ ਸਵਾਦ ਆਉਂਦਾ ਆ ਅਤੇ ਕੋਈ ਬਿਮਾਰੀ ਵੀ ਨਹੀਂ ਲੱਗਦੀ ਇਹਦੇ ਨਾਲ। ਅਤੇ ਪਲਾਸਟਿਕ ਦੇ ਨਹੀਂ ਤਾਂ ਪਲਾਸਟਿਕ ਤੋਂ ਨਿਰੀ ਜਿਹੜੀ ਆ ਉਹ ਬਿਮਾਰੀ ਦਾ ਘਰ ਆ ਅਤੇ ਪਲਾਸਟਿਕ ਜਿਹੜੀ ਆ ਉਹ ਘਰਾਂ ਦੇ ਵਿੱਚ ਨਾ ਵਰਤੋਂ ਜ਼ਿਆਦਾ। ਅਤੇ ਜਦੋਂ ਆਪਾਂ ਅਚਾਰ ਪਾਉਣਾ, ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਜ਼ਿਆਦਾ ਟਾਈਮ ਦੇ ਲਈ ਅਸੀਂ ਖਾ ਸਕਦੇ ਹਾਂ ਅਤੇ ਰੱਖਣੀਆਂ ਪੈਣੀਆਂ, ਉਹ ਕੱਚ ਦੇ ਮਰਦਮਾਨਾਂ ਦੇ ਵਿੱਚ ਹੀ ਰੱਖੋ। ਇਹਨਾਂ ਦੇ ਵਿੱਚ ਇਹਨਾਂ ਜਿਹੜਾ ਪਸੀਨਾ ਨਹੀਂ ਆਉਂਦਾ ਹੋਵੇ ਅਤੇ ਬਾਹਰ ਨਹੀਂ ਆਉਂਦਾ ਤਾਂ ਉਹਨਾਂ 'ਚ ਆ ਜਾਂਦਾ।